ਬਿਸਮਿਲ੍ਲਾਹਿਰ ਰਹੀਮ। ਤੁਸਾਂ ਤੱਕੀ ਰਹੇ ਹੋ ਕਸ਼ਮੀਰ ਟੀਵੀ UK ਤੇ ਮੈਂ ਤੁਸਾਂ ਨਾਲ ਮੇਜ਼ਬਾਨ ਰਾਜਾ ਆਰਿਫ। ਇਹ ਪੁਰਾਣੀਆਂ ਯਾਦਾਂ ਅਰਲੀ 60 ਦੀਆਂ, ਬ੍ਰੈਡਫੋਰਡ ਤੇ ਖਾਸ ਕਰੀ ਤੇ ਲੰਬ ਲੈਣ ਦੀਆਂ ਯਾਦਾਂ, ਮੈਂ ਆਪਣੇ ਭੈਣਾਂ ਭਰਾਵਾਂ ਕੀ ਦੋਸਤਾਂ ਕੀ ਜਿਹੜੇ ਕਿ ਮਾੜੇ ਉਸ ਜ਼ਮਾਨੇ ਵਿੱਚ ਸਾਥੀ ਹੈ ਸਨ, ਉਸ ਮੁਲਕ ਵਿੱਚ ਰਹਿਣੇ ਸਾਂ, ਉਸ ਟਾਊਨ ਵਿੱਚ ਰਹਿਣੇ ਸਾਂ, ਉਹਨਾਂ ਨਾਲ ਮੈਂ ਸ਼ੇਅਰ ਕਰਨਾ। ਔਰ ਅੱਗੇ ਜਿਹੜੇ ਨਾ ਮੈਂ ਕੋਈ ਦੋ ਵੀਡੀਓ ਮੈਂ ਰਿਕਾਰਡ ਕਰਾਏ ਸਨ, ਬਈ ਜਿਹੜੇ ਨਾ ਸਾਨਾ ਉੱਥੇ ਕਿਸ ਤਰ੍ਹਾਂ ਸਾਂ ਰਹਿਣੇ ਕਰਨੇ ਸਾਂ, ਉਹ ਅੱਜ ਮੈਂ ਤੁਸੀਂ ਦੱਸਣਾ ਸੀ। ਜਿਹੜੇ ਸੋਸ਼ਲ ਲਾਈਫ ਵੀ ਮੈਂ ਤੁਸੀਂ ਦੱਸੀ ਸੀ, ਮਜ਼ਹਬੀ ਲਾਈਫ ਵੀ ਦੱਸੀ ਹੈ, ਅੱਜ ਮੈਂ ਤੁਸੀਂ ਦੱਸਣਾ ਕਿ ਅਸਾਂ ਜਿਹੜੀ ਵਰਕਿੰਗ ਲਾਈਫ ਸੀ, ਜਿਹੜਾ ਅਸਲ ਮੇਨ ਮਕਸਦ ਸੀ ਪਾਕਿਸਤਾਨ ਨੂੰ ਇੱਥੇ ਅਚਨੇ ਨਾ, ਕਿ ਅਸਾਂ ਉੱਥੋਂ ਜ਼ਾਹਿਰ ਹੈ ਕੋਲ ਤਾਂ ਸਾਡੇ ਕੱਖ ਵੀ ਨਹੀਂ ਸੀ, ਨਾ ਧਾਰ ਹੀ ਚਾਹੀਦਾ, ਅਸਾਂ ਕੁਛ ਧਾਰ ਮੰਗੀ ਤਾਂ ਪੈਸੇ ਕਿੰਦੇ, ਕੁਛ ਬਾੜੀਆਂ ਵੇਚੀਆਂ, ਕੁਛ ਮਾਲ ਡੰਗਰ ਵੇਚੇ ਕਰੀ ਤਾਂ ਜਿਹੜਾ ਨਾ ਅਸਾਂ ਇੱਥੇ ਪਹੁੰਚੇ ਹਾਂ। ਜ਼ਾਹਿਰ ਉਹ ਕਰਜ਼ ਚੜ੍ਹੇ, ਅਸੀਂ ਉਹ ਕਰਜ਼ ਤਾਂ ਮੁਕਾਉਣਾ ਸੀ ਇੱਥੇ ਸਾਰੇ। ਉਸ ਵਕਤ ਤਾਂ ਬਈ ਜਿਹੜਾ ਮੈਂ ਆਇਆ, ਫੈਮਲੀਆਂ ਦੇ ਇੱਥੇ ਕੋਈ ਨਹੀਂ ਸਨ, ਸਾਰੇ ਸਿੰਗਲ ਹੀ ਸਨ, ਔਰ ਸਾਰੇ ਜ਼ਿਆਦਾਤਰ ਜਿਹੜੇ ਸਨ ਜੀ, ਕੁਝ ਜ਼ਿਆਦਾ ਯੰਗਸਟਰ ਵੀ ਬਹੁਤ ਸਨ, ਨੌਜਵਾਨ ਸਨ ਜਿਹੜੇ, ਲੇਕਿਨ ਜ਼ਿਆਦਾ ਕੁਝ ਆਰਮੀ ਚੋਂ ਰਿਟਾਇਰ ਵੀ ਹੋਏ ਸਨ ਬੰਦੇ, ਉਹ ਵੀ ਕਾਫੀ ਆਏ ਸਨ। ਬ੍ਰੈਡਫੋਰਡ ਵਿੱਚ ਜੀ ਮੈਂ ਤੁਸੀਂ ਦੱਸਣਾ, ਜਿਸਲੇ ਮੈਂ ਕੰਮ ਸ਼ੁਰੂ ਕੀਤਾ ਤਾਂ ਮਿਲਾਂ ਹੀ ਮਿਲਾਂ ਸਨ ਜ਼ਿਆਦਾ, ਉੱਥੇ ਤਾਂ ਮਿਲਾਂ ਸਨ, ਲੇਕਿਨ ਇਹ ਹੈ ਕਿ ਮੈਂ ਤੁਹਾਨੂੰ ਦੱਸਾਂ, ਮਿਲਾਂ ਮੈਂ ਤਾਂ ਪਹਿਲੇ ਜਿਹੜਾ ਸਟਾਰਟ ਕੀਤਾ ਜੀ, ਉਹ ਬਿੰਗਲੀ ਮਿਲ, ਮੈਂ ਜੱਤੂ ਵਾਲੀ ਬੜੀ ਮਸ਼ਹੂਰ ਮਿਲ ਹੈ, ਮੈਂ ਦੱਸਿਆ ਉਸ ਵਿੱਚ ਮੈਂ ਜਿਹੜਾ ਨਾ ਮੈਂ ਕੰਮ ਸ਼ੁਰੂ ਕੀਤਾ। ਲੇਕਿਨ ਜਿਹੜੇ ਮਾੜੇ ਹੋਰ ਭਰਾ ਹੈ ਸਨ, ਉਹ ਜਿਹੜੇ ਸਨ ਉੱਥੇ, ਇਹ ਵੀ ਦੱਸਾਂ ਉੱਥੇ ਫਾਊਂਡਰੀਆਂ ਵੀ ਹੈ ਸਨ, ਇੱਕ ਫਾਊਂਡਰੀ ਤਾਂ ਲੀਡਸ ਰੋਡ ਹੈ ਭਰੋਣ ਸੀ, ਉੱਥੇ ਇੰਗਲਿਸ਼ ਇਲੈਕਟ੍ਰਿਕ ਉਸ ਆਉਣੇ ਸਨ, ਉਸਨੇ ਪੈਸੇ ਅੱਜ ਚੰਗੇ ਸਨ, ਬੜਾ ਔਖਾ ਕੰਮ ਸੀ, ਉਹਨਾਂ ਨੇ ਮੈਂ ਆਸ ਧੱਕੇ ਇਨਸ਼ਾਲੇ ਪੇ ਹੋਣੇ ਸਨ ਨੇ। ਤਾਂ ਦੂਈ ਜਿਹੜੀ ਹੈ ਜੀ ਮਸ਼ਹੂਰ ਜ਼ਮਾਨਾ ਮਾਲਾ ਫਾਊਂਡਰੀ, ਯਾਦ ਕਰੋ ਜੀ ਮਾਲਾ ਫਾਊਂਡਰੀ ਦੀਆਂ ਬੜੀਆਂ ਉਹ ਕਹਿ ਸਿੱਠਾਂ ਵੀ ਬਣੀਆਂ, ਲੇਕਿਨ ਇਹ ਹੈ ਕਿ ਜੀ ਮਾਲਾ ਫਾਊਂਡਰੀ ਸੀ, ਉਸਨੇ ਵੀ ਜੀ ਉਸ ਜ਼ਮਾਨੇ ਵਿੱਚ ਨਾ 18-20 ਪਾਉਂਡ ਜਿਹੜੇ ਨਾ ਹਫ਼ਤੇ ਦੀ ਤਨਖਾਹ ਆਉਣੀ ਸੀ, ਅਤੇ ਉੱਥੇ ਜਿਹੜੇ ਕੰਮ ਕਰਨੇ ਸਨ ਨਾ ਉਹਨਾਂ ਨਾਲ ਬੜਾ ਮਾੜਾ, ਉਹਨਾਂ ਦੇ ਹੱਥ ਸ਼ਾਥ ਜਿਹੜੇ ਸੜੇ ਸਨ ਸਾਰੇ, ਨਾ ਛਾਲੇ ਚੜੇ ਸਨ ਅਤੇ ਕੰਮ ਕਰਨੇ ਹੋਣੇ ਸਨ। ਅਤੇ ਉਹ ਹੈ ਕਿ ਮਾਲਾ ਫਾਊਂਡਰੀ ਕੁੱਥੇ ਸੀ, ਬਿੰਗਲੀ ਨਾਲ ਥੋੜ੍ਹਾ ਜਿਹਾ ਅੱਗੇ ਕਰੀ ਤਾਂ ਉੱਥੇ ਆਉਣੀ ਸੀ ਉਹ। ਅੱਛਾ, ਫਿਰ ਇਹ ਸੀ ਕਿ ਜਿਸਲੇ ਅਸਾਂ ਨੇ ਬੰਦੇ ਆਉਣੇ ਸ਼ੁਰੂ, ਜ਼ਾਹਿਰ ਹੈ ਫਿਰ ਉਹਨਾਂ ਕਿ ਆਪਣੇ ਖਾਣੇ ਦੀਆਂ ਚੀਜ਼ਾਂ ਵੀ ਚਾਹੀਦੀਆਂ ਸਨ, ਫਿਰ ਉੱਥੇ ਕੋਰਨਰ ਸ਼ਾਪ ਦਾ ਜ਼ਮਾਨਾ ਉਸਲੇ ਸ਼ੁਰੂ ਹੋਇਆ, ਗਰੋਸਰੀ ਦੀਆਂ ਦੁਕਾਨਾਂ ਜਿਹੜੀਆਂ ਨਾ ਉਹ ਵੀ ਅਸਾਂ ਨੇ ਬੰਦਿਆਂ ਫਿਰ ਜਿਹੜਾ ਨਾ ਉਹ ਰਲੀ ਮਿਲੀ ਤਰ੍ਹਾਂ ਤਾਂ ਉਹਨਾਂ ਉਹ ਖੋਲੀਆਂ ਸ਼ੁਰੂ ਕਰੀ ਕਿੰਦੀਆਂ। ਫਿਰ ਤੁਸੀਂ ਕੀ ਦੱਸਾਂ ਜੀ, ਜ਼ਾਹਿਰ ਹੈ ਫਿਰ ਨਈਆਂ ਦੀ ਜ਼ਰੂਰਤ ਵੀ ਹੋਣੀ ਸੀ, ਨਈਆਂ ਨਹੀਂ ਜੀ ਮਾੜੀ ਤੱਕ ਨੇ ਤਾਂ ਉੱਥੇ ਪਹਿਲਾਂ ਇਹ ਇੱਕ ਦੁਕਾਨ ਸੀ, ਫਿਰ ਦੋ, ਫਿਰ ਤਰੇ, ਫਿਰ ਇੱਕ ਹੋਰ ਸਾਲਟ ਸਟਰੀਟ ਹੈ ਨਾਲ ਲਿੰਕਨ ਟੈਰਸ, ਇੱਕ ਉੱਥੇ ਵੀ ਖੁੱਲੀ ਗਈ, ਚਾਰ ਤਾਂ ਮੈਂ ਯਾਦ ਨੇ ਕਿ ਚਾਰ ਜਿਹੜੀਆਂ ਨਾ ਕਿ ਬਾਰਬਰ ਸ਼ਾਪ ਜਿਹੜੀਆਂ ਉਹ ਵੀ ਹੋਈ ਗਈਆਂ। ਫਿਰ ਮੈਂ ਦੱਸਾਂ ਜੀ ਤੁਸਾਂ ਕੀ ਕਿ ਜਿਸਲੇ ਅਸਾਂ ਨੀ ਉਸ ਦੌਰ ਜਿਹੜੇ ਅਸਾਂ ਲੋਕ ਆਏ ਹਾਂ ਨਾ, ਮਾੜੇ ਖਿਆਲ ਹੈ ਜੇ ਕੋਈ 95 ਤਾਂ ਮੈਂ ਕਾਫੀ ਕੰਜ਼ਰਵੇਟਿਵ ਐਸਟੀਮੇਟ ਹੈ, ਲੇਕਿਨ 99% ਅਸਾਂ ਜਿਹੜੇ ਸਨ ਕਿ ਕੁਝ ਅਨਪੜ੍ਹ ਸਾਂ, ਜਾਂ ਕੁਛ 8-10 ਜਮਾਤਾਂ ਪੜ੍ਹੀ, ਇਸ ਤੋਂ ਜ਼ਿਆਦਾ ਕੋਈ ਨਹੀਂ ਸੀ ਕੋਈ ਪੜ੍ਹਿਆ, ਸ਼ਾਇਦ ਕੋਈ ਇੱਕਾ ਦੁੱਕਾ ਵਿੱਚ ਜਿਹੜਾ ਨਾ ਉਹ ਕੋਈ ਗ੍ਰੈਜੂਏਟ ਹੋਇਆ ਉਹ ਸੀ, ਲੇਕਿਨ ਕਮ ਅਜ਼ ਕਮ ਮੈਂ ਨਹੀਂ ਤੱਕਿਆ ਬ੍ਰੈਡਫੋਰਡ ਵੀ ਕੋਈ ਇਤਨਾ ਕੋਈ ਪੜ੍ਹਿਆ ਲਿਖਿਆ ਹੋਇਆ। ਅੱਛਾ, ਫਿਰ ਇਹ ਸੀ ਕਿ ਜਿਹੜੇ ਥੋੜ੍ਹੇ ਉੱਥੇ ਕੋਈ ਪਾਕਿਸਤਾਨ ਨਹੀਂ ਆ, ਕੁਛ FA ਕੀਤੇ ਅਸੀਂ, ਕੋਈ ਇਸ ਤਰ੍ਹਾਂ ਦੀ ਕੋਈ ਤਾਲੀਮ ਹੈ ਸੀ ਨਾ, ਉਹ ਫਿਰ ਬ੍ਰੈਡਫੋਰਡ ਜੀ ਉਹ ਬੱਸਾਂ ਵਿੱਚ ਜਿਹੜੇ ਨਾ
ਉਹਨਾਂ ਕੀ ਨਾ ਐਜ਼ ਏ ਕੰਡਕਟਰ ਉੱਥੇ ਡਬਲ ਡੈਕਰ ਬੱਸਾਂ ਹੋਣੀਆਂ ਸਨ, ਸ਼ਾਇਦ ਤੁਸਾਂ ਕੀ ਯਾਦ ਹੋ ਸੀ ਕਿ ਉਹਨਾਂ ਕੀ ਟਰਾਲੀ ਬੱਸਿਸ ਆਖਣੇ ਹੋਣੇ ਸਨ। ਅੱਛਾ ਉਹ ਹੋਣੀਆਂ ਸਨ। ਜਿਹੜਾ ਨਹੀਂ ਥੋਰਟਨ ਰੋਡ ਹੈ ਉੱਥੇ ਇੱਕ ਜਿਸ ਤਰ੍ਹਾਂ ਨਹੀਂ ਰੇਲਵੇ ਨਾਲ ਟਰੈਕ ਹੋਣਾ ਸੀ ਪਰ ਬਿਜਲੀ ਦੀਆਂ ਤਾਰਾਂ ਹੋਣੀਆਂ ਸਨ, ਜਿਸ ਤਰ੍ਹਾਂ ਟ੍ਰੇਨ ਨਹੀਂ ਹੋਣੀਆਂ। ਉਹ ਹੈ ਕਿ ਜੀ ਉਹ ਚੱਲਣੀ ਹੋਣੀ ਸੀ, ਇੱਕ ਚੱਲਣੀ ਮਨੀਗਮ ਲੈਣ ਵੀ ਚੱਲਣੀ ਸੀ ਲੀਡ ਰੋਡ ਵਾਲੇ ਪਾਸੇ ਇਹ ਸਨ। ਅੱਛਾ ਉੱਥੇ ਬ੍ਰੈਡਫੋਰਡ ਨਾ ਦੋ ਟਰਾਂਸਪੋਰਟਾਂ ਸਨ, ਇੱਕ ਟਰਾਂਸਪੋਰਟ ਜਿਹੜੀ ਸੀ ਨਾ ਕਿ ਬ੍ਰੈਡਫੋਰਡ ਕਾਰਪੋਰੇਸ਼ਨ ਨਹੀਂ ਸੀ, ਜਿਸ ਉਹ ਸਨ ਜੀ ਬਲੂ ਜੀਆਂ ਬੱਸਾਂ ਹੋਣੀਆਂ ਸਨ, ਅਤੇ ਬਲੂ ਤਾਂ ਕੋਈ ਕਰੀਮ ਕਲਰ ਨਹੀਂ ਆ, ਉਹ ਬੱਸਾਂ ਹੋਣੀਆਂ ਸਨ। ਕੁਝ ਤਾਂ ਸਾਡੇ ਭਰਾ ਜਿਹੜੇ ਸਨ ਜਿਹੜੇ ਕਿ ਥੋੜ੍ਹੇ ਇੰਗਲਿਸ਼ ਲਿਖੀ ਪੜ੍ਹੀ ਕਿੰਨੇ ਸਨ, ਉਹਨਾਂ ਕੀ ਜਿਹੜਾ ਨਾ ਜੀ ਬੱਸ ਕੰਡਕਟਰ ਉਹਨਾਂ ਜਾਬਾਂ ਮਿਲੀ ਗਈਆਂ। ਅੱਛਾ ਇੱਕ ਪ੍ਰਾਈਵੇਟ ਕੰਪਨੀ ਹੋਣੀ ਸੀ ਉਸ ਕਿ ਉਹ ਰੈੱਡ ਬੱਸਾਂ ਹੋਣੀਆਂ ਸਨ, ਉਹਨਾਂ ਨਾਲ ਅੱਡਾ ਹੋਣਾ ਸੀ ਜੀ ਮੋਰਲੀ ਸਟਰੀਟ ਵਿੱਚ, ਉਹ ਰੈੱਡ ਬੱਸਾਂ ਹੋਣੀਆਂ ਸਨ। ਅੱਛਾ ਜੀ ਉੱਥੇ ਬੜਾ ਬੜੇ ਘੱਟ ਕੁਸੈ ਕੀ ਪਾਕਿਸਤਾਨੀ ਮੈਂ ਨਹੀਂ ਯਾਦ ਉਸ ਲੈ ਸ਼ੁਰੂ ਸ਼ੁਰੂ ਬਾਅਦ ਵਿੱਚ ਤਾਂ ਫਿਰ ਕੋਈ ਬਣੀ ਗਏ ਕੋਈ ਕੰਡਕਟਰ ਜਾਂ ਡਰਾਈਵਰ ਵੈਲ, ਲੇਕਿਨ ਬ੍ਰੈਡਫੋਰਡ ਕਾਰਪੋਰੇਸ਼ਨ ਜਿਹੜੀ ਸੀ ਨਾ ਉਹ ਜਾਬਾਂ ਉਸ ਲੈ ਨਾਲ ਦਿੱਤੀਆਂ ਨੇ। ਔਰ ਉਸ ਅੱਛਾ ਇਹ ਮੈਂ ਤੁਸੀਂ ਦੱਸਾਂ ਬਈ ਜਿਹੜਾ ਉਸ ਲੈ ਜੀ ਬੱਸ ਕੰਡਕਟਰ ਹੋਣਾ ਸੀ ਨਾ ਔਰ ਬੱਸ ਡਰਾਈਵਰ, ਉਹਨਾਂ ਦੀਆਂ ਬੜੀਆਂ ਖੂਬਸੂਰਤ ਨਾ ਬੜੀਆਂ ਸਮਾਰਟ ਨਾ ਵਰਦੀਆਂ ਹੋਣੀਆਂ ਸਨ, ਤਾਂ ਉਹ ਜਿਸ ਤਰ੍ਹਾਂ ਉਹ ਲੱਗੀਆਂ ਕੰਮ ਸ਼ਾਮ ਛੋੜਨੇ ਸਨ ਨਾ, ਤਾਂ ਅਸਾਂ ਲੰਬ ਲੈਣ ਅਸਾਂ ਰਹਿਣੇ ਸਨ ਜਾਂ ਅਸਾਂ ਨੇ ਅੰਕਲ ਸੁਣਾ ਦੁਕਾਨ ਸੀ ਉੱਥੇ ਅੱਛਣ ਨਾ, ਤਾਂ ਉਹ ਟੋਪੀਆਂ ਹੈ ਲੱਗੀਆਂ ਤੈਰਨਾ ਬੜੇ ਉਹ ਨਾ ਸਮਾਰਟ, ਯਾਨੀ ਕਿ ਬੜੀ ਮੋਤਬਿਰ ਜਾਬ ਸਮਝੀ ਜਾਣੀ ਸੀ ਉਸ ਜ਼ਮਾਨੇ ਜਿਹੜੀ ਹੈ ਨਾ ਕਿ ਜੀ ਬੱਸ ਡਰਾਈਵਰ ਬਣੀ ਗਿਆ ਵਾ। ਫਿਰ ਮਾੜੀਆਂ ਤਕੜੀਆਂ ਤਕੜੀਆਂ ਜੀ ਉੱਥੇ ਨਾ ਇੱਕ ਬੱਸ ਇੰਸਪੈਕਟਰ ਬਣੀ ਗਿਆ। ਅੱਛਾ ਜੀ ਉਹ ਹੋਰ ਉੱਥੇ ਜੀ ਬੜੀ ਖੁਸ਼ੀ ਨਹੀਂ ਲਹਿਰ ਜੀ, ਸਾਡਾ ਪਾਕਿਸਤਾਨੀ ਜਿਹੜਾ ਜੀ ਉਹ ਬੱਸ ਇੰਸਪੈਕਟਰ ਬਣੀ ਗਿਆ। ਉਹ ਹੋਣਾ ਸੀ ਕਿ ਜੀ ਉਹ ਨਾ ਰੈਂਡਮਲੀ ਕਿਸੇ ਬੱਸ ਸਟਾਪਿਆ ਪਰ ਉਹਨਾਂ ਬੱਸਾਂ ਪਰ ਚੜ੍ਹਨੇ ਸਨ, ਤਾਂ ਉਹ ਟਿਕਟ ਚੈੱਕ ਕਰਨੇ ਹੋਣੇ ਸਨ, ਤਾਂ ਉਹਨਾਂ ਨੇ ਵੀ ਜਿਹੜਾ ਨਹੀਂ ਜੀ ਵਰਦੀ ਬੜੀ ਨਾ ਖੂਬਸੂਰਤ ਉਹ ਬੜੀ ਅੱਛੀ ਸੀ ਜਿਹੜੀ ਹੈ। ਇਸੇ ਤਰ੍ਹਾਂ ਜਿਹੜਾ ਨਾ ਅੱਛਾ ਉੱਥੇ ਲੰਬ ਲੈਣ ਜ਼ਿਆਦਾ ਸੀ ਕਿ ਲੋਕ, ਮੈਂ ਅਸੀਂ ਦੱਸਿਆ ਸੀ ਅੱਗੇ ਵੀ ਉਸਨੇ ਇੱਕ ਪਿਛਲੇ ਵੀਡੀਓ 'ਚ ਕਿ ਜ਼ਿਆਦਾਤਰ ਮੁਰਗੀਆਂ ਹੀ ਜਿਹੜੀਆਂ ਨਾ ਚੱਲੀਆਂ ਸਨ। ਉੱਥੇ ਦੋ ਭਰਾ ਸਨ ਸਖੀ ਅਤੇ ਜਾਨੀ, ਉਹਨਾਂ ਦੀ ਉਹ ਬੋਲਿਨ ਸਟਰੀਟ ਵਿੱਚ ਹੀ ਉਹਨਾਂ ਨਾਲ ਕੋਈ ਐਸੀ ਥੋੜ੍ਹਾ ਜਿਹਾ ਵਰਕਸ਼ਾਪ ਆਪਣੇ ਉਹ ਕਹਿਣੇ ਨੂੰ ਉਸਕੀ ਜਿਹੜਾ ਨਾ ਕਿ ਸਟੋਰੇਜ ਵਗੈਰਾ ਨਾ ਕੋਈ ਐਸੀ ਨੇ ਰੱਖੇ ਆ ਕੰਮ, ਲੇਕਿਨ ਉਹ ਸਿਟੀ ਰੋਡ ਹੈ ਪਰ ਉਹਨਾਂ ਲਾਈ ਗਈਆਂ ਸਨ ਕੋਈ ਛੋਟੀ ਜਿਹੀ ਮਸ਼ੀਨ ਸੀ ਜਿਸ ਨੇ ਉਹ ਪਹਿਲਾਂ ਤੋਂ ਜ਼ਬਾ ਖੁਦ ਆਪੂ ਕਰਨੇ ਸਨ, ਅਤੇ ਫਿਰ ਉਹ ਕਿਆ ਕਰਨੇ ਸਨ ਕਿ ਜੀ ਇੱਕ ਬੜਾ ਸਾਰਾ ਜਿਹੜਾ ਡਰੰਮ ਨਹੀਂ ਹੋਣਾ ਗਰਮ ਪਾਣੀ ਸੀ ਉਸਨੇ 'ਚ ਉਸਨੇ ਕੀ ਡੋਬਿਆ ਫੰਗ ਥੋੜ੍ਹੇ ਜਿਹੇ ਉਹ ਢਿੱਲੇ ਹੋਣੇ, ਫਿਰ ਉਹਨਾਂ ਇੱਕ ਮਸ਼ੀਨ ਜੀ ਰੱਖੀ ਸੀ ਰੋਲ ਕਰਨੇ ਵਿੱਚ ਉਹਨਾਂ ਨੇ ਫੰਗ ਸ਼ੰਗ ਲਾਉਣੇ ਹੋਣੇ ਸਨ, ਅਤੇ ਇਹ ਕੰਮ ਜਿਹੜਾ ਜੀ ਇਹ ਚੱਲੀ ਪਿਆ। ਔਰ ਇਹ ਕਿ ਫਿਰ ਇਹ ਆਸਤਾ ਆਸਤਾ ਜਿਹੜਾ ਨੇ ਜੀ ਫਿਰ ਅਸਾਂ ਨੇ ਲੋਕ ਸਟੈਬਲਿਸ਼ ਹੋਣੇ ਸ਼ੁਰੂ ਹੋ ਗਏ। ਅਸਲ ਮਕਸਦ ਇਹ ਸੀ, ਮੈਂ ਖੁਦ ਵੀ ਇਹ ਸੀ ਕਿ ਇਹ ਉਸ ਲੈ ਅਸਾਂ ਕੀ ਦੱਸਣੇ ਸਨ ਕਿ ਜੀ 4-5 ਸਾਲ ਕੰਮ ਕਰੋ ਖੂਬ ਦੁਬਈ ਤਾਂ ਕੰਮ ਕਰੋ ਅਤੇ ਪਿੱਛੇ ਪੈਸੇ ਭੇਜੋ ਤਾਂ ਅਸਾਂ ਇੱਥੇ ਜਿਹੜਾ ਲਗੇ ਜਾਣਾ ਵੈ। ਔਰ ਜਿਹੜੇ ਮਾੜੇ ਤੋਂ ਪਹਿਲਾਂ ਆਏ ਸਨ ਜੀ ਬੜੇ ਸਹੀ ਆਏ ਹਨ ਜਿਹੜੇ ਲੈਣ, ਉਹ ਆਉਣੇ ਸਨ ਇਹ ਕੋਈ ਦਿਹਾੜਾ ਮਿਸ ਨਾ ਕਰੇ, ਕਦੇ ਬੁਖਾਰ ਵੀ ਚੜ੍ਹੇ ਹੋਏ ਹਨ, ਦੋ ਗੋਲੀਆਂ ਜਿਹੜੀਆਂ ਨੇ ਐਸਪਰੀਨ ਦੀਆਂ ਖਾਈ ਤਰ੍ਹਾਂ, ਅਤੇ ਫਿਰ ਵੀ ਕੰਮੇ ਪਰ ਜ਼ਰੂਰ ਜਾਏ ਕਿ ਇੰਨਾ ਕੱਲ੍ਹ ਗੋਰਿਆਂ ਅਸਾਂ ਕੀ ਇੱਥੋਂ ਕੱਢੀ ਛੋੜਨਾ ਵੈ, ਅਤੇ ਇਸ ਵਾਸਤੇ ਜਿਹੜਾ ਨਾ ਤੁਸਾਂ ਕਰੋ ਕੰਮ ਠੀਕ ਹੈ ਦਵਾਈ ਤਾਂ ਲਓ, ਜਿਹੜੇ ਕਰਜ਼ੇ ਚਾਹੀਦਾ ਹੈ ਉਹ ਲਓ, ਤਾਂ 4-5 ਸਾਲ ਉਸ ਲਈ ਇਹ ਵੀ ਹੈ ਕਿ ਵਾਕਈ ਸੱਤ ਰਹੀ ਹੈ ਕਿ 4-5 ਸਾਲ ਤੋਂ ਪਹਿਲਾਂ ਕੋਈ ਵੀ ਨਹੀਂ ਸੀ ਪਾਕਿਸਤਾਨ ਜਾਣਾ। ਔਰ ਜਿਹੜੇ ਜਾਣੇ ਸਨ ਉੱਥੇ ਔਰ ਉੱਥੇ ਫਿਰ ਇਹ ਨਹੀਂ ਸੀ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਜਾਣੇ ਆ ਜੀ 10 ਦਿਹਾੜੇ ਰਹੇ ਹਾਂ ਜਾਂ ਹਫ਼ਤਾ ਰਹੇ ਹਾਂ ਜਾਂ 2 ਹਫ਼ਤੇ ਰਹੇ ਹਾਂ, ਉਸ ਜ਼ਮਾਨੇ 'ਚ ਲੋਕ ਜਾਣੇ ਸਨ 6 ਮਹੀਨੇ ਰਿਹਾ, ਸਾਲ ਰਿਹਾ, ਕਈ 2-2 ਸਾਲ ਰਹਿਣੇ ਸਨ, ਕਿਉਂਕਿ 2 ਸਾਲ ਦੇ ਅੰਦਰ ਅੰਦਰ ਵਾਪਸ ਮੁੜਨਾ ਹੋਣਾ ਸੀ।
ਤੇ ਨੌਕਰੀਆਂ ਨਾਲ ਉਸ ਵਕਤ ਇਹੀ ਸੀ ਸਾਰਾ ਸਿਸਟਮ, ਤਰੀਕਾ ਸਾਰਾ ਕੁਝ ਇਹੀ ਸੀ। ਔਰ ਬੜਾ ਪਿਆਰ ਮੁਹੱਬਤ ਸੀ ਉਸਨੇ, ਜਿਤਨੇ ਵੀ ਤੁਸਾਂ ਅਗਰ ਪੁਰਾਣੇ ਕੋਈ ਤੱਕੋ ਨਹੀਂ ਜੀ, ਫੋਟੋ ਬ੍ਰੈਡਫੋਰਡ ਨੇ ਵੀ ਜਾਂ ਸਾਰੇ ਬੜੇ ਸਮਾਰਟ ਮੁੰਡੇ ਸਨ। ਔਰ ਇਹ ਵੀ ਤੁਸੀਂ ਦੱਸਾਂ, ਈਵਨ ਕੰਮਿਆਂ ਪਰ ਵੀ ਜਿਹੜਾ ਜਾਈ ਨਾ ਸੀ ਨਾ, ਤੇ ਜਿਹਨਾਂ ਨੇ ਤਾਂ ਕੋਈ ਉਹ ਕੋਈ ਸੇਫਟੀ ਨਾ ਕੋਈ ਨਾ ਹੋਇਆ ਨਾ ਮਸਲਾ, ਉੱਥੇ ਚਲੋ ਟਾਈ ਸ਼ਾਈ ਨਹੀਂ ਬੱਧੀ, ਲੇਕਿਨ ਇਹ ਹੈ ਕਿ ਕਈ ਉਹ ਸੀ ਕਿ ਟਾਈ ਵੀ ਬੱਧੀ ਹੋਣੀ ਸੀ ਮੈਂ ਉੱਥੇ ਜੜਲ ਜਾਣਾ। ਔਰ ਅਸਾਂ ਨੇ ਬੰਦਿਆਂ ਕੀ ਜਾਬਾਂ ਕਿਹੜੀਆਂ ਮਿਲਣੀਆਂ ਸਨ, ਜਿਹੜੇ ਕਿ ਅੰਗਰੇਜ਼ ਕੋਲ ਨਹੀਂ ਸਨ ਕਰਨੇ, ਸਫਾਈਆਂ ਕਰਨੀਆਂ, ਮਸ਼ੀਨਾਂ ਕੀ ਤੇਲ ਦੇਣਾ, ਜਾਂ ਬਾਥਰੂਮਾਂ ਸਾਫ਼ ਕਰਨੀਆਂ, ਟਾਇਲਟਸ ਵਗੈਰਾ ਹੋਣੀਆਂ ਸਨ ਉਹਨਾਂ ਕੀ ਸਫਾਈ ਕਰਨੀ ਆ, ਯਾਨੀ ਕਿ ਇਸ ਤਰ੍ਹਾਂ ਨੇ। ਬਾਕੀ ਮਸ਼ੀਨਾਂ ਪਰ ਵੀ ਤਾਂ ਕੰਮ ਕਰਨੇ ਸਨ, ਲੇਕਿਨ ਇਹ ਕਿ ਉਹ ਜਿਹੜੇ ਬਹੁਤ ਗੰਦੇ ਕੰਮ ਸਨ, ਔਖੇ ਕੰਮ ਸਨ, ਉਹ ਅਸਾਂ ਕੀ ਲੱਭਣੇ ਸਨ। ਤੇ ਗੋਰੇ ਜ਼ਾਹਿਰ ਹੈ ਇਹਨਾਂ ਨਾਲ ਮੁਲਕ ਹੈ, ਪੜ੍ਹੇ ਲਿਖੇ ਵੀ ਹੈ ਸਨ, ਨਾ ਵੀ ਬਹੁਤ ਪੜ੍ਹੇ, ਮੈਂ ਕਮ ਅਜ਼ ਕਮ 16 ਸਾਲ ਤੱਕ ਤਾਂ ਉਹ ਸਕੂਲ ਗਏ ਹੀ ਸਨ, ਨਾ ਉਹ ਇੰਗਲਿਸ਼ ਲਿਖੀ ਪੜ੍ਹੀ ਕਰਨੇ ਸਨ, ਜ਼ਿਆਦਾ ਉਹਨਾਂ ਨਾਲ ਜਿਹੜਾ ਸੀ ਐਡਮਿਨਿਸਟ੍ਰੇਸ਼ਨ ਕੰਮ ਜਿਹੜੇ ਸਨ ਉਹ ਕਰਨੇ ਸਨ। ਅਸਾਂ ਨੇ ਕੰਮ ਜਿਹੜੇ ਨਾ ਇਸੇ ਤਰ੍ਹਾਂ ਹੀ ਹੋਣੇ ਸਨ, ਤੇ ਕੋਸ਼ਿਸ਼ ਕਰਨੇ ਸਾਂ ਕਿ ਪੈਸਾ ਜਿਹੜਾ ਨਾ ਬਚਾ, ਅਗਰ ਜਿਸ ਕੀ ਕੋਈ 5 ਪਾਉਂਡ ਤਨਖਾਹ ਲੱਭੀ ਹੈ, 10 ਲੱਭੀ ਹੈ, ਜੇ ਕਿਸੇ ਵੀ ਹੋਇਆ, ਤੇ ਅਸਾਂ ਜਿਹੜਾ ਉਸ ਪੈਸੇ ਕੀ ਸੰਭਾਲੀ ਤਾਂ ਰੱਖਣੇ ਸਾਂ। ਤੇ ਇਹ ਵੀ ਮੈਂ ਤੁਸੀਂ ਦੱਸਾਂ, ਬੈਂਕ ਅਕਾਊਂਟ ਕਿਸੇ ਕੋਲ, ਮੈਂ ਤਾਂ ਕਮ ਅਜ਼ ਕਮ ਮੈਂ ਆਪਣਾ ਦੱਸਾਂ ਕਿ ਪਹਿਲੇ ਕੋਈ 8-10 ਸਾਲ ਤੱਕ ਤਾਂ ਮੈਂ ਬੈਂਕ ਅਕਾਊਂਟ ਹੀ ਕੋਈ ਨਹੀਂ ਸੀ। ਉਸ ਵਜ੍ਹਾ ਹੈ ਕਿ ਪੈਸੇ ਹੀ ਕੋਈ ਨਹੀਂ ਸੀ ਤਰੀਕੇ, ਜਿਹੜੇ ਕੋਈ 10-20 ਪਾਉਂਡ ਜਾਂ 30 ਜਾਂ ਕਦੇ 50 ਹੋਈ ਗਏ, ਉਹ ਪਾਕਿਸਤਾਨ ਨੂੰ ਜਿਹੜੀ ਹੈ ਬਜ਼ੁਰਗਾਂ ਨਾਲ ਖੱਤ ਆਈ ਜਾਣਾ ਸੀ, ਤੇ ਉਹ ਆਉਣੇ ਸੁਣ ਕੇ ਜੀ ਆਹ ਜ਼ਰੂਰਤ ਪਈ ਹੈ, ਕਦੇ ਆਉਣੇ ਸੁਣ ਦੰਦ ਮਰੀ ਗਿਆ, ਕਦੇ ਮੱਝ ਮਰੀ ਗਈ ਹੈ, ਕਦੇ ਬੱਦਲ ਨਹੀਂ ਭਰਿਆ, ਤੇ ਕਣਕ ਕੋਈ ਨਹੀਂ ਹੋਈ ਹੈ, ਤੇ ਦਾਣਾ ਆਟਾ ਖਰੀਦਣਾ ਸੀ, ਉਹ ਇੱਕ ਹੀ ਕਰੀ ਤਾ। ਤੇ ਉਹ ਜ਼ਾਹਿਰ ਹੈ ਇੱਥੇ ਫਿਰ ਬੈਂਕ ਅਕਾਊਂਟ ਤਾਂ ਖੁੱਲ੍ਹਾ, ਜੇ ਸਾਨੂੰ ਕੋਲ ਖੁੱਲ੍ਹੇ ਪੈਸੇ ਦੀ ਬੈਂਕਾਂ 'ਚ ਰੱਖਣੇ ਤੇ, ਅਸਾਂ ਨਾਲ ਇਹ ਹਾਲਾਤ ਹੋਣਾ ਸੀ ਕਿ ਹੈਂਡ ਟੂ ਮਾਊਥ ਹੀ ਸਾਰਾ ਸਿਸਟਮ ਸੀ। ਲੇਕਿਨ ਇਹ ਕਿ ਖੁਸ਼ਹਾਲੀ ਬੜੀ ਸੀ, ਜਿਤਨਾ ਪਿਆਰ ਮੁਹੱਬਤ ਲੋਕਾਂ ਵਿੱਚ ਹੈ ਸੀ ਨਾ ਜੀ ਉੱਥੇ, ਕਦੇ ਇਹ ਵੀ ਮੈਂ ਤੁਹਾਨੂੰ ਦੱਸਾਂ, ਅਗਰ ਕਿਸੇ ਇੱਕ ਬੰਦੇ ਨਾਲ ਕੋਈ ਮਜਬੂਰੀ ਬਣੀ ਗਈ ਹੈ ਨਾ, ਕਿ ਘਰੋਂ ਖਤ ਆਈ ਗਿਆ ਕਿ ਯਾਰ ਅਸਾਂ ਕਿ ਕੋਈ ਨਾ ਕੋਈ 1000 ਰੁਪਇਆ ਭੇਜੋ ਜਾਂ 2000 ਭੇਜੋ, ਉਸ ਫਿਰ ਕਿਆਫਾ ਕਰਨਾ ਸੀ ਜਿਹੜੇ ਘਰਾਂ 'ਚ ਰਹਿਣੇ ਸਾਂ ਜਾਂ ਨਾਲ ਕੰਮ ਕਰਨ ਵਾਲੇ ਮੁੰਡੇ ਨੇ, ਜਾਂ ਮੀ ਕੀ ਲੋੜ ਪੈ ਗਈ ਹੈ, ਤਾਂ ਉਸ ਸਾਰਿਆਂ ਕੋਲ ਹੋਣੇ ਤਾਂ ਹਿਸਾਬ ਹੈ ਨਹੀਂ ਸਨ ਪੈਸੇ, ਕਿਸੇ ਕੋਲ 10 ਪਾਉਂਡ, ਕਿਸੇ ਕੋਲ 15 ਪਾਉਂਡ, ਕਿਸੇ ਕੋਲ 5 ਪਾਉਂਡ, ਇਸ ਤਰ੍ਹਾਂ ਉਧਾਰ ਕਰੀ ਦਾ ਨਾ, ਤਾਂ ਉਸ ਕੀ ਆਇਆ ਜਿਹੜਾ ਮੈਂ ਤੁਕੀ ਨਾਲ ਮੈਂ ਨਾਲ ਨਾਲ ਜਿਹੜਾ ਮੇਰੀ ਤਨਖਾਹ ਲੱਭਸੀ ਤਾਂ ਤੁਸਾਂ ਨੂੰ ਮੈਂ ਉਧਾਰ ਮੁਕਾਈ ਗੁੜ ਸਨ, ਤਾਂ ਉਹ ਇਹ ਜਿਹੜਾ ਨਾ ਕਰਨੇ ਸਾਂ। ਤੇ ਇਹ ਸਾਰਾ ਕੁਝ ਇਹ ਨੌਕਰੀਆਂ ਦਾ ਸਾਰਾ ਸਿਲਸਿਲਾ ਉਸ ਵਕਤ ਸੀ। ਉਸ ਵਕਤ ਮੈਂ ਇਹ ਦੱਸਾਂ, ਕੋਈ ਅਸਾਂ ਨੇ ਕੋਈ ਸਿਆਸੀ ਕੋਈ ਸੋਚ ਵਿਚਾਰ ਕੋਈ ਨਹੀਂ ਸੀ, ਨਾ ਉਸ ਲਈ ਕਿਸੇ ਕੀ ਪਤਾ ਸੀ ਕਿ ਇੱਥੇ ਲੋਕਲ ਇਲੈਕਸ਼ਨ ਹੋਣੇ ਨੇ, ਉਹ ਕਿਸ ਤਰ੍ਹਾਂ ਹੋਣੇ ਨੇ, ਔਰ ਉਹਨਾਂ ਨੇ ਜਿਸ ਕਾਉਂਸਲਰ ਵਗੈਰਾ ਬਣਨੇ ਨੇ, ਉਸੇ ਕੀ ਪਤਾ ਹੀ ਕੋਈ ਨਹੀਂ ਹੈ। ਜ਼ਿਆਦਾਤਰ ਇਹੀ ਹੋਣਾ ਸੀ ਕਿ ਫਿਰ ਬਾਅਦ ਵਿੱਚ ਜਿਹੜਾ ਨਾ ਜੀ ਥੋੜ੍ਹੀ ਬਹੁਤੀ ਜਿਹੜੀਆਂ ਲੋਕਾਂ ਕਿ ਇੱਥੇ ਨਾ ਫਿਰ ਥੋੜ੍ਹੀ ਕੋਈ ਇੰਗਲਿਸ਼ ਵੀ ਸਿੱਖੀ ਗਏ ਕਰਨੇ, ਫਿਰ ਉਹ ਸਿਲਸਿਲਾ ਫਿਰ ਅੱਗੇ ਤੁਰਨਾ ਰਿਹਾ। ਮੈਂ ਸੋਚੀ ਆਇੰਦਾ ਸ਼ੇਅਰ ਕਰਸਾਂ ਕਿ ਆਇੰਦਾ ਜਾਣੀ ਜ਼ਿੰਦਗੀ ਅਸਾਂ ਕਿਸ ਤਰ੍ਹਾਂ ਗੁਜ਼ਰੀ ਹੈ ਜਾਂ ਹੁਣ ਪਈ ਗੁਜ਼ਰਨੀ ਹੈ ਲੱਗੀ। ਲੇਕਿਨ ਕੰਮਾਂ ਨੇ ਜਿਵੇਂ ਮੈਂ ਦੱਸਿਆ ਨਾ ਕਿ ਉਹੀ ਹੈ ਕਿ ਸਮੋਲ ਬਿਜ਼ਨਸਿਸ ਜਿਹੜੀਆਂ ਨਾ ਇਹ ਸ਼ੁਰੂ ਹੋਈਆਂ। ਆਈ ਜਾਈ ਤਹਿਤ ਬ੍ਰੈਡਫੋਰਡ ਵਿੱਚ ਜਿਹੜਾ ਨੇ ਜੀ ਕੱਪੜੇ ਦੀਆਂ ਦੁਕਾਨਾਂ ਵੀ ਜਿਹੜੀਆਂ ਨੇ ਜੀ ਉਹ ਵੀ ਹੋਈ ਗਈਆਂ ਸਨ। ਇੱਕ ਤੁਸਾਂ ਕੀ ਯਾਦ ਹੋ ਸੀ ਲਾਹੌਰ ਰੈਸਟੋਰੈਂਟ ਦੇ ਨਾਲ ਕਲਿਆਲ ਇੱਕ ਟੈਕਸਟਾਈਲ ਸਟੋਰ ਹੋਣਾ ਸੀ ਤੇ ਕੱਪੜਿਆਂ ਨਾਲ, ਇਸੇ ਤਰ੍ਹਾਂ ਵਾਈਟ ਐਪ ਰੋਡ ਐਪ ਇੱਕ ਇੰਡੀਅਨ ਆਉਣੀ ਸੀ, ਇੱਕ ਲੇਡੀ ਸੀ, ਉਸ ਨਾਲ ਇੱਕ ਸਟੋਰ ਸੀ। ਔਰ ਫਿਰ ਇਹ ਸੀ ਕਿ ਜੀ ਇੱਕ ਉੱਥੇ ਤੁਸਾਂ ਕੀ ਯਾਦ ਹੋ ਸੀ ਮੈਂ ਕਾਫੀ ਬੜੀ ਕੱਪੜੇ ਦੀ ਦੁਕਾਨ ਸੀ ਜਿਸ ਉੱਥੇ ਲਿਖਿਆ ਸੀ ਅਪਰ ਰਈਸ ਆਫ ਪਠਵਾਰ,
ਔਰ ਬੜਾ ਜੀ ਉਹਨਾਂ ਉੱਪਰ ਅਰੂਜ ਸੀ। ਔਰ ਅੱਛਾ ਜੀ, ਮੈਂ ਉਸ ਜ਼ਮਾਨੇ 'ਚ ਮੈਂ ਤੱਕਿਆ ਕਿ ਉਹਨਾਂ ਦੋ ਮਰਸੇਡੀਜ਼ ਕਾਲੇ ਰੰਗਾਂ ਦੀਆਂ ਗੱਡੀਆਂ ਇੱਕੇ ਜਿਹੀਆਂ 0 ਮੀਟਰ ਜੀ ਉਹਨਾਂ ਨੇ ਗੱਡੀਆਂ ਉਹਨਾਂ ਨੇ ਫਿਰ ਉਹ ਕਢਾਈਆਂ ਤਾਂ ਉਹਨਾਂ ਨੇ ਅੱਗੇ ਵਿਹੜੇ ਖਲਤੀਆਂ ਹੋਣੀਆਂ ਸਨ। ਯਾਨੀ ਕਿ ਲੋਕ ਥੋੜ੍ਹੇ ਥੋੜ੍ਹੇ ਨਾ ਅਸੂਦਾ ਹੋਣੇ ਸ਼ੁਰੂ ਹੋਏ ਪਏ। ਅਤੇ ਬੇਸਿਕਲੀ ਬ੍ਰੈਡਫੋਰਡ ਨੇ ਇਹੀ ਹੈ ਜੀ, ਮੈਂ ਜੋ ਕਿ ਆਇਆ ਤਾਂ ਬ੍ਰੈਡਫੋਰਡ ਤਾਂ ਫਿਰ ਉਸ ਤੋਂ ਬਾਅਦ ਬਾਕੀ ਸ਼ਹਿਰਾਂ 'ਚ ਗਿਆ। ਉਹ ਮੈਂ ਸੰਗੀਤ ਨਾਲ ਆਇੰਦਾ ਮੈਂ ਤੁਸਾਂ ਨਾਲ ਮੈਂ ਸ਼ੇਅਰ ਕਰਦਾ ਜਿਹੜੀਆਂ ਨਾ ਸਟੋਰੀਆਂ। ਲੇਕਿਨ ਬ੍ਰੈਡਫੋਰਡ ਇਹੀ ਹੈ ਕਿ ਸਟਾਰਟਿੰਗ ਵਿੱਚ ਨਾ ਇਹ ਇਸ ਤਰ੍ਹਾਂ ਹੋਇਆ ਸੀ। ਲੇਕਿਨ ਇਹ ਵੀ ਸੀ ਕਿ ਉਸ ਵਕਤ ਜਿਹੜਾ ਨੀ ਘਰਾਂ ਵਿੱਚ ਜਿਹੜਾ ਨਾ ਅੱਗ ਬਾਲੀ ਨਾ ਸੀ, ਜਿਹੜੇ ਚੁੱਲ੍ਹੇ ਜਿਹੜਾ ਫਾਇਰ ਪਲੇਸਾਂ ਵਿੱਚ ਉਹ ਰੇਹਲੀ ਕੋਲਾ ਪੈਣਾ ਸੀ। ਉਸਨੇ ਵਿੱਚ ਇਹ ਤਾਂ ਮੈਂ ਆਪਣੀ ਅੱਖੀ ਤੱਕਿਆ ਕਿ ਜਿਹੜਾ ਨਾ ਜੀ ਮਾੜੇ ਅੰਕਲ ਸਨ ਉਹਨਾਂ ਜਿਹੜਾ ਰਾਜਾ ਅਕਰਮ ਸਨ, ਰਾਜਾ ਮਨੀਰ ਹੋਰ ਸਨ, ਇਹ ਜਿਹੜੇ ਨਾ ਪੰਜ ਭਾਈ ਸਨ ਇਹਨਾਂ ਉਹਨਾਂ ਜ਼ਮਾਨਿਆਂ 'ਚ ਉਹ ਫਲੈਟ ਬੈਕ ਟਰੁੱਕ ਰੱਖੇ ਹੋਣੇ ਸਨ ਔਰ ਇਹ ਨਾ ਗੈਰ ਨੌਕਰ ਵੀ ਬੰਦੇ ਰੱਖੇ ਹੋਣੇ ਸਨ ਕਿ ਇਹ ਕਿਆ ਕਰਨੇ ਸਨ ਕਿ ਘਰਾਂ ਵਿੱਚ ਨਾ ਡਿਲੀਵਰੀਆਂ ਬੋਰੀਆਂ ਚਾਣੀਆਂ ਮੁੰਡਿਆਂ ਪਰ ਅਤੇ ਉਹ ਜਿਹੜਾ ਘਰਾਂ ਵਿੱਚ ਲੋਕਾਂ ਨੇ ਜਾਂ ਰੇਹਲੀ ਕੋਲਾ ਡਿਲੀਵਰ ਕਰਨੇ ਸਨ। ਇਸੇ ਤਰ੍ਹਾਂ ਹੋਲਸੇਲ ਗੋਸ਼ਤ ਦਾ ਫਿਰ ਕੰਮ ਸ਼ੁਰੂ ਹੋਇਆ ਅਤੇ ਬ੍ਰੈਡਫੋਰਡ ਵਿੱਚ ਜਿਹੜਾ ਜੀ ਅਗਰ ਪਹਿਲਾ ਬੰਦਾ ਜੀ ਸ਼ੁਰੂ ਕੀਤਾ ਸੀ ਉਹ ਰਾਜਾ ਸ਼ੌਕਤ ਸਨ, ਅੰਕਲ ਸਨ ਸਾਨੇ ਉਹਨਾਂ ਨੇ ਸ਼ੁਰੂ ਕੀਤਾ ਸੀ। ਫਿਰ ਉਹਨਾਂ ਨਾਲ ਜਿਹੜਾ ਸੀ ਕਿ ਆਪਣਾ ਨਾਲ ਉਹਨਾਂ ਨੇ ਸਪੋਰਟ ਕੀਤੀ ਹੈ, ਇੱਕ ਬਾਜ਼ੀਜ਼ ਖਾਨ ਇੱਕ ਹੋਣੇ ਸਨ ਉਹਨਾਂ ਨਾਲ ਉਹਨਾਂ ਨੇ ਕੀਤੀ ਹੈ। ਬਾਅਦ ਵਿੱਚ ਤਾਂ ਫਿਰ ਹੋਰ ਵੀ ਕਾਫੀ ਜਿਹੜੇ ਨਾ ਸ਼ੁਰੂ ਹੋਈ ਪਏ। ਲੇਕਿਨ ਓਰੀਜਨਲੀ ਕਿਉਂਕਿ ਮੈਂ ਉਹਨਾਂ ਨਾਲ ਫਾਰਮ ਤੱਕਿਆ ਸੀ, 500-600 ਜਿਹੜੀਆਂ ਨੇ ਸ਼ੀਪਸ ਜਿਹੜੀਆਂ ਨਾ ਪੇ ਚੱਲ ਰਹੀਆਂ ਸਨ ਲੱਗੀਆਂ ਔਰ ਸਲਾਟਰ ਹਾਊਸ ਉਸ ਲਿਆਉਣਾ ਸੀ ਸ਼ਿਪਲੀ ਸਾਲਟੇਅਰ ਵਿੱਚ। ਅਤੇ ਉਹ ਹੈ ਕਿ ਅਗਰ ਮੈਂ ਥੋੜ੍ਹਾ ਜਿਹਾ ਇਹ ਤੁਸੀਂ ਦੱਸਾਂ ਕਿ ਅਗਰ ਉੱਥੇ ਦੀਆਂ ਜਿਹੜੀਆਂ ਮਸ਼ਹੂਰ ਜਿਹੜੀਆਂ ਮਿੱਲਾਂ ਸਨ ਨਾ, ਉਹ ਇੱਕ ਤਾਂ ਲਿਸਟਰ ਮਿੱਲ ਹੈ ਜਿਹੜੀ ਅਜੇ ਵੀ ਹੈ, ਉਹ ਉੱਥੇ ਅਪਾਰਟਮੈਂਟਸ ਬਣੇ ਸਾਰੇ ਜਿਹੜੇ ਨਾ ਓਕਲੈਂਡ ਵਾਲੇ ਪਾਸੇ ਹੀ ਹੈ, ਮਨੀਗਮ ਪਾਰਕ ਨੇ ਕੋਲ ਹੈ। ਅਤੇ ਇੱਕ ਹੋਣੀ ਸੀ ਸਾਲਟੇਅਰ ਮਿੱਲ ਜਿਹੜੀ ਹੈ ਸ਼ਿਪਲੀ 'ਚ ਹੈ, ਬਹੁਤ ਬੜੀ ਤਾਰੀਖੀ ਉਹ ਵੀ ਇੱਕ ਮਿੱਲ ਹੈ। ਇਸੇ ਤਰ੍ਹਾਂ ਹੋਰ ਵੀ ਕਾਫੀ ਮਿੱਲਾਂ ਜ਼ਾਹਿਰ ਹੈ, ਉੱਥੇ 150-200 ਮਿੱਲਾਂ ਸਨ। ਲੇਕਿਨ ਅਸਾਂ ਨਾ ਜਿਹੜਾ ਜੀ ਇਹ ਸਾਰਾ ਜਿਹੜਾ ਨਾ ਅਸਾਂ ਨਾ ਦਾਇਰਾ ਸੀ ਜਿਸ ਦੇ ਵਿੱਚ ਨਾ ਇਹ ਅਸਾਂ ਕੰਮ ਕਾਜ ਕਰਨੇ ਸਾਂ, ਉਹਨਾਂ ਨਾ ਤਾਂ ਅਸਾਂ ਨਾ ਕੋਈ ਵਕੀਲ ਸੀ, ਨਾ ਕੋਈ ਟੀਚਰ ਸੀ, ਨਾ ਕੋਈ ਹੋਰ ਕੋਈ ਅਜਿਹੀਆਂ ਬੜੀਆਂ ਪੋਸਟਾਂ, ਕਿਉਂਕਿ ਉੱਥੇ ਤੱਕ ਪਹੁੰਚਣੇ ਦੀ ਚਾਹੀਦੀ ਸੀ ਤਾਲੀਮ। ਤਾਂ ਤਾਲੀਮ ਮੈਂ ਦੱਸਿਆ ਨਾ ਜੀ ਅੱਲਾ ਨੂੰ ਫਜ਼ਲ ਹੀ ਸੀ, ਸਾਰੇ ਜਿਹੜੇ ਨਾ ਉੱਥੇ ਜੀ ਆਹਨ ਕੋਈ ਗ੍ਰੈਜੂਏਸ਼ਨ ਕਰੀ ਤਾਂ ਇੱਥੇ ਪਹੁੰਚੇ ਅਸੀਂ, ਸ਼ਾਇਦ ਕੋਈ ਇੱਕਾ ਦੁੱਕਾ ਹੋਇਆ ਸੀ ਮੈਂ ਨਾ ਜਾਣਨਾ। ਤਾਂ ਪੂਰੇ ਬ੍ਰੈਡਫੋਰਡ ਵਿੱਚ ਦੋ ਡਾਕਟਰ ਸਨ, ਇੱਕ ਡਾਕਟਰ ਸੀ ਸਰ ਰੋਲੈਕਸ ਟ੍ਰੇਡਿੰਗ ਨੇ ਆਲਫੀਲਡ ਰੋਡ ਹੈ ਉਸਨੇ ਬੈਕ ਸਾਈਡ ਉੱਪਰ ਸਟਰੀਟ ਸੀ ਉੱਥੇ ਡਾਕਟਰ ਸਈਦ ਹੋਣੇ ਸਨ ਜੀ, ਮੈਂ ਉਹਨਾਂ ਕੀ ਡਾਕਟਰ ਬਣਾਇਆ ਸੀ, ਉਹ ਮਾੜੇ ਡਾਕਟਰ ਸਨ। ਅਤੇ ਇੱਕ ਡਾਕਟਰ ਕ੍ਰੇਸ਼ੀ ਹੋਣੇ ਸਨ, ਮਨੀਗਮ ਲੈਨ ਹੋਣੇ ਸਨ। ਇਹ ਬਸ ਜੀ ਇਹ ਦੋ ਡਾਕਟਰ ਪੂਰੇ ਨਾ ਬ੍ਰੈਡਫੋਰਡ ਵਿੱਚ ਨਾ ਪਹਿਲਾਂ ਓਰੀਜਨਲੀ ਜਿਹੜੇ ਇਹ ਹੈ ਸਨ। ਅਤੇ ਇਹ ਸਾਰੀ ਸਟੋਰੀ ਹੈ ਜੀ ਅਸਾਂ ਦੀ ਵਰਕਿੰਗ ਲਾਈਫ ਨਹੀਂ, ਤਾਂ ਮੈਂ ਥੋੜ੍ਹਾ ਜਿਹਾ ਕਿਉਂਕਿ ਜੋਗ੍ਰਾਫੀਆ ਜਿਹੜਾ ਜ਼ਾਹਿਰ ਹੈ ਹੈ ਤਾਂ ਬੜੀਆਂ ਲੰਮੀਆਂ ਕਹਾਣੀਆਂ ਸਟੋਰੀਆਂ, ਅਤੇ ਮੈਂ ਦੱਸੋ ਕਿ ਥੋੜ੍ਹਾ ਜਿਹਾ ਮੈਂ ਮਾਲਾ ਫਾਊਂਡਰੀ ਨਹੀਂ ਯਾਦ ਕਰਾਈ ਛੋੜੀ ਹੈ, ਸ਼ਾਇਦ ਮਾੜੇ ਕੁਸੇ ਭਰਾਊ ਮਾੜੇ ਉਮਰੇ ਨੇ ਜਾਂ ਮਾੜੇ ਤੋਂ ਬੜੇ ਕੁਸੇ ਉੱਥੇ ਕੰਮ ਕੀਤਾ ਹੋ ਸੀ, ਤਾਂ ਹੁਣ ਸੁਣੀ ਤਾਂ ਦੱਸਣੇ ਤਾਂ ਹੋਸਣ ਬਈ ਉਹ ਮਾਲਾ ਫਾਊਂਡਰੀ 'ਚ ਉਹਨਾਂ ਕਿਤਨਾ ਔਖੇ ਕੰਮ ਕੀਤੇ। ਅਤੇ ਲਿਹਾਜ਼ਾ ਜਿਹੜੀਆਂ ਮੈਂ ਕੁਝ ਜਿਹੜੀਆਂ ਗੱਲਾਂ ਯਾਦ ਨਹੀਂ ਜੀ, ਜ਼ਾਹਿਰ ਹੈ ਹੁਣ ਉਮਰ ਦਾ ਤਕਾਜ਼ਾ ਇਤਨੀਆਂ ਯਾਦ ਵੀ ਨਹੀਂ ਰਹੀਆਂ, ਲੇਕਿਨ ਇਹ ਹੈ ਕਿ ਇਸ ਲਈ ਵੀ ਮੈਂ ਆਪਣੇ ਆਪ ਕੀ ਨਾ ਉਹ ਮਹਿਸੂਸ ਕਰੀ ਰਿਹਾ ਕਿ ਮੈਂ ਬ੍ਰੈਡਫੋਰਡ ਹੀ ਬੈਠੇ ਹਾਂ, ਉਹ ਹੀ ਮਾੜੇ ਦੋਸਤ ਸੰਗੀ ਅਸਾਂ ਮਤਲਬ ਆਪਸ ਵਿੱਚ ਗੱਲਾਂ ਸ਼ੇਅਰ ਕਰਨ ਲੱਗੇ ਹਾਂ।
ਲੇਕਿਨ ਇਹ ਹੈ ਕਿ ਅੱਜ ਵਕਤ ਬਹੁਤ ਸਾਰਾ ਗੁਜ਼ਰੀ ਗਿਆ, 60-61 ਸਾਲ ਗੁਜ਼ਰੀ ਗਏ ਨੇ ਜੀ, ਕੋਈ ਜਿਹੜੇ ਨਸਾਂ ਨੇ ਸਾਥੀ ਦੁਨੀਆ ਪਰੋਂ ਚਲੇ ਗਏ ਨੇ, ਅੱਲਾ ਦੀ ਜ਼ਾਤ ਉਹਨਾਂ ਨੇ ਅਗਲੇ ਅੱਗੇ ਨਾਲ ਭਲਾ ਕਰੇ, ਅੱਲਾ ਦੀ ਜ਼ਾਤ ਉਹਨਾਂ ਦੀ ਮਗਫਰਤ ਕਰੇ, ਅਤੇ ਦੁਆ ਕਰਨੇ ਜਿਹੜੇ ਅਸਾਂ ਪਿੱਛੇ ਰਹਿ ਗਏ ਹਾਂ, ਅਸਾਂ ਵੀ ਜ਼ਿੰਦਗੀ ਨਾਲ ਬਹੁਤ ਸਾਰੇ ਹੀ ਤਕਰੀਬਨ ਇਸ ਟਾਈਮ ਮੁਲਖਾਂ 'ਚ ਗੁਜ਼ਰੀ ਗਿਆ, ਆਏ ਕਿਹੜੇ ਮਕਸਦ ਵਾਸਤੇ ਅਸਾਂ ਆਪਣੇ ਗੁਰਬਤ ਕੱਢਣੇ ਵਾਸਤੇ। ਲੇਕਿਨ ਜ਼ਾਹਿਰ ਹੈ ਤਾਰੀਖੀ ਗੱਲ ਹੈ ਕਿ ਜਿਸ ਵਕਤ ਇੱਕ ਦਫ਼ਾ ਤੁਸੀਂ ਆਣੇ ਨਾ ਆਲੜੇ ਵਿੱਚ ਬੱਚਾ ਢਹੀ ਪੈ ਨਾ, ਤਾਂ ਮੁੜੀ ਉਹ ਆਲੜੇ ਵਿੱਚ ਉਹ ਨਹੀਂ ਖਲੀ ਸਕਣਾ, ਤਾਂ ਨਾ ਉਕਦਾ ਉਹ ਆਲੜੇ ਚੋਂ ਗਿਆ ਵੈ ਪੈ। ਔਰ ਇਹ ਹਿਜਰਤ ਕਰਨਾ, ਰੋਜ਼ਗਾਰ ਨਹੀਂ ਤਲਾਸ਼ ਕਰਨਾ, ਜਾਂ ਇਹ ਸਾਡੇ ਨਬੀ ਪਾਕ ਰਾਣੀ ਸੁਨਤ ਵੀ ਹੈ, ਉਹਨਾਂ ਮੱਕਾ ਜਿਹੜਾ ਸੀ ਮਜਬੂਰ ਹਾਲਾਤ ਨਾਲ ਮੱਕਾ ਛੋੜਿਆ, ਮਦੀਨੇ ਗਏ, ਫਿਰ ਉੱਥੋਂ ਹੀ ਉਹਨਾਂ ਕੀ ਜਿਹੜਾ ਨਾ ਜੀ ਸਾਰਾ ਕੁਝ ਮਿਲਿਆ ਵੈ। ਤਾਂ ਅਸਾਂ ਵੀ ਸ਼ਾਇਦ ਇਸ ਮੁਲਕ ਵਿੱਚ ਆਏ ਹਾਂ, ਇਸ ਨਾਲ ਵੀ ਅੱਲਾ ਦੀ ਜ਼ਾਤ ਜਿਹੜਾ ਨਾ ਜੀ ਕੋਈ ਇਸ ਨਾਲ ਵੀ ਕੋਈ ਮਕਸਦ ਹੋ ਸੀ, ਲਿਹਾਜ਼ਾ ਅਸਾਂ ਤੇ ਨੇਕ ਨੀਤੀ ਨਾਲ ਜੀ ਆਪਣੀ ਜਿਸ ਜ਼ਿੰਦਗੀ ਆ ਉਹ ਗੁਜ਼ਾਰੀ ਹੈ। ਅਸਾਂ ਨੇ ਜਿਹੜੇ ਅੱਗੇ ਪਿੱਛੇ ਸਨ ਵਾਲਦੈਨ, ਭੈਣਾਂ ਭਰਾ, ਦੋਸਤ ਯਾਰ, ਰਿਸ਼ਤੇਦਾਰ, ਗਰਾਨੇ, ਜਿਤਨਾ ਹੋ ਸਕਿਆ ਉਹਨਾਂ ਨੇ ਜਿਹੜੀ ਆ ਨਾ ਪੂਰੀ ਖਿਦਮਤ ਕੀਤੀ ਹੈ। ਫਿਰ ਇੱਥੇ ਅੱਛੀ ਤਹਿ ਇਸ ਮੁਲਕ ਹੈ ਵਿੱਚ ਵੀ ਅਸਾਂ ਆਪਣੇ ਜਿਸ ਵਕਤ ਪੈਰ ਜਮਾਣੇ ਸ਼ੁਰੂ ਕਰੀ, ਕਹਿੰਦੇ ਸ਼ਾਦੀਆਂ ਹੋਈਆਂ, ਹਾਂਜੀ ਇਸ ਤਰ੍ਹਾਂ ਉੱਥੇ ਫਿਰ ਰਹਿਣਾ ਕਰਨੀਆਂ, ਬਹੁਤ ਸਾਰੀ ਜ਼ਿੰਦਗੀ ਗੁਜ਼ਰੀ ਗਈ ਹੈ। ਅਤੇ ਅੱਲਾ ਦੀ ਜ਼ਾਤ ਅੱਗੇ ਦੁਆ ਕਰਨੇ ਆ ਕਿ ਜਿਹੜੇ ਹੁਣ ਜ਼ਿੰਦਗੀ ਨੇ 4 ਦਿਨ ਰਹਿ ਗਏ, 4 ਤਾਂ ਨਹੀਂ ਰਹਿ ਗਏ, ਹੁਣ ਤਾਂ ਕੋਈ 1-2 ਦਿਨ ਹੀ ਰਹਿ ਗਿਆ, ਦਹਿਨ ਧੰਦੇ ਪਰ ਗਏ ਆ ਵੈ। ਅਤੇ ਇਹੀ ਹੈ ਕਿ ਅੱਲਾ ਜੀ ਹੁਣ ਅਸਾਂ ਕੀ ਨਾ ਆਪਣੇ ਹਿਫਜ਼-ਓ-ਅਮਾਨ ਵਿੱਚ ਰੱਖੀ ਐਂ, ਅਤੇ ਔਰ ਅਗਲੇ ਅੱਗੇ ਵਾਸਤੇ ਦੁਆ ਕਰਨੇ ਕਿ ਅੱਲਾ ਦੀ ਜ਼ਾਤ ਸਾਰਿਆਂ ਦੀ ਬਿਹਤਰੀ ਕਰੇ। ਅਤੇ ਅੱਜ ਮੈਂ ਮਾੜਿਓ ਭੈਣੋ ਭਰਾਵੋ, ਮਾੜੇ ਬੱਚੇ ਔਰ ਬੱਚੀਆਂ ਜਿਹਨਾਂ ਜਿਹੜੇ ਸੁਣੀ ਰਹੀ ਗਏ ਹਨ, ਇਹ ਤੁਸਾਂ ਕੋਲੋਂ ਮੈਂ ਇਜਾਜ਼ਤ ਘਿੰਸਾਂ। ਅਤੇ ਆਇੰਦਾ ਜੇ ਜ਼ਿੰਦਗੀ ਰਹੀ ਨਾ ਤਾਂ ਫਿਰ ਕੋਈ ਪੁਰਾਣੀਆਂ ਯਾਦਾਂ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਸਕਾਂ, ਕਿਉਂਕਿ ਮੈਂ ਫਿਰ ਸਹੀ ਮੈਂ ਦੱਸਣਾ ਕਿ ਮੈਂ ਬ੍ਰੈਡਫੋਰਡ ਵਿੱਚ ਨਾ 3-4 ਸਾਲ ਰਹੀ ਤਾਂ ਨਾ, ਅਤੇ ਫਿਰ ਮੈਂ ਨਾ ਜੀ ਬ੍ਰੈਡਫੋਰਡ ਕੀ ਛੋੜਿਆ ਵੈ, ਉਹ ਕਿਵੇਂ ਛੋੜਿਆ ਵੈ, ਉਹ ਮੈਂ ਤੁਸਾਂ ਕੀ ਨਾ ਫਿਰ ਮੈਂ ਆਇੰਦਾ ਕਿਸੇ ਵੀਡੀਓ 'ਚ ਜਿਹੜਾ ਨਾ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਸਕਾਂ, ਔਰ ਉੱਥੋਂ ਕਰਨੇ ਆ ਮੈਂ ਇੱਥੇ ਤੱਕ ਮੈਂ ਬਰਨਲੇ ਕਿਸ ਤਰ੍ਹਾਂ ਪਹੁੰਚਿਆ। ਅਤੇ ਉਹ ਹੈ ਕਿ ਬੜੀ ਲੰਮੀ ਸਟੋਰੀ ਹੈ, ਲੇਕਿਨ ਇਹ ਹੈ ਕਿ ਚਲੋ ਮੈਂ ਇਹ ਚਾਹਾਂਗੇ ਕਿ ਤੁਸਾਂ ਕੀ ਵੀ ਇਹ ਚੀਜ਼ਾਂ ਜਿਹੜੀਆਂ ਮੈਂ ਦੱਸਣਾ ਜਾਂ ਤੁਸਾਂ ਦੀਆਂ ਯਾਦਾਂ ਵੀ ਜਿਹੜੀਆਂ ਨੇ ਜੀ ਉਹ ਵਾਪਸ ਮੁੜਨ, ਤੁਸਾਂ ਕੀ ਜਿਹੜਾ ਸੋਚੋ ਤੁਸਾਂ ਵੀ ਕਿ ਤੁਸਾਂ ਕਿਹੜੇ ਮਕਸਦ ਵਾਸਤੇ ਉਹ ਕਰਨੇ ਆ, ਤੁਸਾਂ ਨਾਲ ਹੋਇਆ ਕੈਵ ਹੈ ਇਹ, ਤਾਂ ਫਿਰ ਜੋ ਕੁਝ ਹਰ ਬੰਦੇ ਨਹੀਂ, ਹਰ ਬੰਦਾ ਜੀ ਇਹ ਉਸਨੇ ਇੱਕ ਦਾਸਤਾਨ ਹੈ, ਉਸਨੇ ਇੱਕ ਕਹਾਣੀ ਹੈ। ਅਤੇ ਇਹ ਤਾਂ ਮੈਂ ਆਪਣੀ ਸੁਣਾਉਣ ਲੱਗੇ ਹਾਂ, ਅਤੇ ਤੁਸਾਂ ਅਗਰ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸਾਂ ਜਿਹੜਾ ਚੈਨਲ ਮੈਂ ਬਣਾਏ ਆ ਜੀ, ਤਾਂ ਤੁਸਾਂ ਇਸਨੇ ਕੋਈ ਕਾਮੈਂਟ ਕਰਿਆ ਕਰੋ ਆਪਣੀਆਂ, ਕੋਈ ਅਗਰ ਕੋਈ ਸਟੋਰੀਜ਼ ਨੇ ਜਾਂ ਕਹਾਣੀ ਆ ਸ਼ੇਅਰ ਕਰਨਾ ਚਾਹੁੰਦੇ ਆ, ਯੂ ਆਰ ਮੋਸਟ ਵੈਲਕਮ। ਅਤੇ ਅੱਜ ਨਾ ਮਾੜਾ ਇਹ ਜਿਹੜਾ ਜੀ ਐਲ ਡੀ ਰਿਕੋਰਡਿੰਗ ਕਰੀ ਰਹੀ ਹਾਂ ਵੀਡੀਓ ਨਾ, ਇਹ ਇਤਨਾ ਹੀ ਹੈ। ਅਤੇ ਜ਼ਿੰਦਗੀ ਰਹੀ ਤਾਂ ਇਨਸ਼ਾਅੱਲਾ ਫਿਰ ਹਾਜ਼ਰ ਹੋ ਸਾਂ, ਲੁੱਕ ਆਫਟਰ ਯੋਰ ਸੈਲਫ, ਅਤੇ ਮੈਂ ਅੱਜ ਇਹ ਹੀ ਆਸਾਂ ਕਿ ਅੱਲਾ ਸੋਹਣੇ ਵਾਲੇ।